ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਜਿਹੜੇ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬਟਾਰੀ, ਤਹਿਸੀਲ ਬਾਬਾ ਕਾਲਾ ਸਾਹਿਬ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਪਾਲ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਵਾ, ਗੱਲਬਾਤ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਚਾਹੀਦੀ ਜੇ, ਨਕਸ਼ਾ ਹੀ ਬਦਲਤਾ ਤੁਸੀਂ ਤੇ। ਇਹ ਭਾਜੀ ਮਨ ਦਾ ਸ਼ੌਂਕ ਹੀ, ਅੱਛਾ ਪੂਰਾ ਕੀਤਾ, ਸ਼ੌਂਕ ਹੋਵੇ ਤੇ ਭਾਜੀ ਕੰਮ ਹੁੰਦਾ, ਉਦਾਂ ਨਹੀਂ ਹੁੰਦਾ। ਅੱਛਾ, ਹਾਂਜੀ ਸ਼ੁਰੂ ਤੋਂ ਹੀ ਸ਼ੌਂਕ ਹੀ ਵੀ ਕੰਮ ਵਧੀਆ ਕਰਨਾ ਵਾ, ਟੈਲਾਂ ਟੂਲਾਂ ਲਾਤੀਆਂ ਫਿਰ ਖੁਰਲੀਆਂ ਜੇ। ਭਾਜੀ ਆਪਾਂ ਕੌਣ, ਇਹਨਾਂ ਸਿਰ ਤੋਂ ਲਾਈਆਂ ਆਪਾਂ ਕਰਮਾਣੇ ਤੋਂ, ਇਹਨਾਂ ਸਿਰ ਤੋਂ ਆਪਾਂ ਰੋਟੀ ਖਾਂਦੇ ਆ। ਅੱਛਾ, ਹਾਂਜੀ ਅਜੇ ਕੰਮ ਚੱਲਣ ਦਿਆ ਹੋਵੇ ਭਾਜੀ, ਆਪਣੇ ਤਾਂ ਵਿਹਲ ਹੀ ਲੱਗਣਾ, ਕਦੀ ਸੀਮਿੰਟ ਲੈਣ ਭੱਜ ਜਾਂਦਾ ਵਾਂ, ਕਦੀ ਬੱਜਰੀ, ਤੁਹਾਨੂੰ ਪਤਾ ਇਕੱਲਾ ਤੇ ਮੈਂ ਬੰਦਾ ਵਾਂ। ਅੱਛਾ ਵੀਰ ਭਰਾ, ਫੋਨ ਬੜੇ ਕਾਂਡੇ ਵੀ ਮਾਲ ਨੇ ਬਟਾਲੇ ਵਾਲਾ, ਕੋਈ ਵੀਡੀਓ ਨਹੀਂ, ਮੈਂ ਕੋਈ ਨਹੀਂ ਪਾ ਦਿੰਦੇ ਕਿਹੜੀ ਗੱਲ ਕੀਤੀ। ਅੱਛਾ, ਫੋਨ ਆਉਂਦੇ ਕਿ ਵੀਡੀਓ ਨਹੀਂ ਪਈ? ਹਾਂਜੀ ਹਾਂਜੀ ਵੀਰ ਭਰਾ, ਡਏ ਮੰਗਣ ਕਿ ਫੋਨ ਨਹੀਂ, ਵੀਡੀਓ ਨਹੀਂ ਆਈ। ਅੱਛਾ, ਮੈਂ ਕੋਈ ਨਹੀਂ ਪਾ ਦਿੰਦੇ ਭਾਜੀ, ਮੈਂ ਦੱਸਿਆ ਵੀ ਘਰ ਕੰਮ ਚੱਲਣ ਡਿਆ ਵਾ। ਅੱਛਾ, ਹਾਂਜੀ ਆ ਤੁਸੀਂ ਵੇਖ ਲਓ ਜੇ ਵੀ ਫਰਸ਼ ਪਾਉਣ ਡੇ ਮਿਸਤਰੀ, ਅਜੇ ਇਸ ਤਰ੍ਹਾਂ ਹੀ ਕੰਮ ਆ ਦੇਖ ਸਕਦੇ, ਬਣਿਆ ਪਿਆ ਜੇ ਅਜੇ ਇਸ ਤਰ੍ਹਾਂ ਹੀ ਕੰਮ ਦਿਆ ਚੱਲਣ ਪੂਰਾ, ਅਜੇ ਕੰਪਲੀਟ ਹੋਣ ਤੇ ਲੱਗੋ ਜੇ ਹਫਤਾ, ਅਜੇ ਲੱਗੂ ਭਾਜੀ, ਅਜੇ ਕੰਮ ਰਹਿੰਦਾ ਵਾ। ਹਾਂਜੀ ਹਾਂਜੀ ਹਾਂਜੀ, ਠੀਕ। ਚਲੋ ਨਾਮ ਦੱਸਦੇ, ਨਾਮ ਭਾਜੀ ਮੇਰਾ ਅੰਮ੍ਰਿਤਪਾਲ ਸਿੰਘ ਜੀ। ਹਾਂਜੀ ਹਾਂਜੀ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ, ਖਲਚਿਆਂ ਤੋਂ ਪੈਂਦਾ 2 ਕਿਲੋਮੀਟਰ, ਰਈਆ 4 ਬਿਆਸ 7, ਬਾਬਾ ਕਾਲਾ ਵੀ 7, ਤੇ ਮੇਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਲਾਗੇ ਠੇਕੇ ਲਾਗੇ 2 ਨੰਬਰ ਗਲੀ ਜੀ। ਬਾਪੂ ਮੇਰਾ ਨਾਮ ਕਾਬਲ ਸਿੰਘ, ਮੇਰਾ ਨਾਮ ਅੰਮ੍ਰਿਤਪਾਲ ਸਿੰਘ ਜੀ। ਠੀਕ ਹੈ ਜੀ, ਹਾਂਜੀ ਫੋਨ ਨੰਬਰ ਹੀ ਬੋਲਦੇ, ਫੋਨ ਨੰਬਰ ਜੀ 84274-1815, ਇੱਥੇ ਵਟਸਐਪ ਚੱਲਦਾ ਜੀ। ਠੀਕ ਹੈ, ਹਾਂਜੀ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਦੀ ਹੈ ਜਿਹੜੀ। ਹਾਂਜੀ, ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ? ਇਹਨੂੰ ਵੀਰ ਜੀ ਕੋਈ 20 ਦਿਨ ਭਰਾ ਮਿਥਨੇ ਕੋ ਮਹੀਨਾ ਮਿਥਨੇ ਵੀ ਭਾਜੀ ਵੱਛੀ ਮਗਰ ਆ। ਠੀਕ ਆ, ਹਾਂਜੀ ਮਗਰ ਵੱਛੀ ਆ ਇਹ ਕਿ ਚਲੋ 1000 ਰੁਪਏ ਭਾਜੀ ਗੱਲ ਦੱਸ ਕੇ ਨਹੀਂ, ਬੱਚਾ ਥੱਲੇ ਨਹੀਂ ਘਰ ਆਣਾ ਪਈ, ਦਿਨ ਤੋਂ ਛੱਡਿਆ। ਅੱਛਾ, ਮਾਟੇ 'ਚ ਦੁੱਧ ਪਾਉਂਦੇ ਆ। ਅੱਛਾ, ਹਾਂਜੀ ਇੰਨੀ ਠੰਡੀ ਧੀਰੀ ਵੱਛੀ, ਇੱਧਰ ਵੇਖੋ ਇੱਦਾਂ ਹੀ ਥੱਲੇ ਵੜ ਜਾਣਾ ਵੱਛੀ ਦੇ, ਆਹ ਵੇਖੋ ਜੀ, ਇਹ ਗੱਲ ਕਰਕੇ ਵੇਖ ਲਓ, ਆਹ ਵੇਖੋ ਚਵਾ ਪਸਮਾ ਹੱਥਾਂ ਦੀ ਗਰੰਟੀ ਹੋਊਗੀ ਆਪਣੀ। ਠੀਕ ਆ, ਹਾਂਜੀ ਮੂੰਹੋਂ ਵੀ 4 ਦੰਦ। ਅੱਛਾ, ਹਾਂਜੀ ਵਿਖਾਲ ਕੇ ਦੇਣੀ ਆ, ਛਿੱਟੀ ਹੋਵੇ ਫ੍ਰੀ ਦੇਵਾਂਗੇ। ਦੁੱਧ ਕਿੰਨਾ ਹੈ ਦੇਖੋ? 2 ਰੁਪਏ ਵਾਲੀ, 13 ਕਿਲੋ 13 ਲੀਟਰ ਹੈਗਾ ਪੱਕਾ ਦੁੱਧ, 1 ਮਿੰਟ ਕੇ ਦਵਾਂਗੇ ਕਿਉਂਕਿ ਵੀਪਾ 2 ਟਾਈਮ ਚੋਲੇ, 3 ਟਾਈਮ ਸਾਡੇ ਘਰ ਚੋਲੇ। ਖੋਲੋ ਫਿਰ ਤੋੜ ਦਈਏ। ਅਜੇ ਤੇ ਭਾਜੀ ਪਤਾ ਕੀ ਆ, ਮਾਲ ਕੱਲ ਹੀ ਆਇਆ ਆ ਵਾ, ਅਜੇ ਮਾਲ ਵੱਲ ਧਿਆਨ ਨਹੀਂ ਆ। ਹਾਂਜੀ ਜਿਹੜੀ ਗੱਲ ਵਾ, ਇਹ ਟੰਪਰੇ ਦੀ ਜੇ ਬੜੀ ਆ ਕੀਤੀ, ਇਹ ਆ ਕਿ ਕੰਮ ਫਿਰ ਇੱਧਰ ਵੀ ਚੱਲਣ ਦੇ ਨਾ, ਇਹਨਾਂ ਕੋ ਵੀਰ ਕਵੇ ਠੀਕ ਆ, ਚੌਗੀ ਹੋਵੇ ਤਾਂ ਵਛੀ ਲੈ ਜੇ। ਅੱਛਾ, ਨਹੀਂ ਤੇ ਰਹਿਣ ਦੇ, ਨਹੀਂ ਤੇ ਰਹਿਣ ਦੇ, ਪਿਓਰ ਚੌਗੀ ਤੇ ਦੁੱਧ ਵੀ 13 ਲੀਟਰ ਹੋਵੇ ਕੋਈ, ਤੇ ਲੈ ਜੇ ਕੋਈ, ਨਹੀਂ ਤੇ ਰਹਿਣ ਦੇ। ਠੰਡੀ ਆ ਰਹੀ ਭਾਜੀ ਵਛੀ, ਉਹ ਲੱਗਦੀ ਆ ਅਜੇ ਤਾਂ, ਥਾਣ ਵਿਖਾ ਲਓ ਵੱਡੇ ਭਾਜੀ, ਕੱਲਾ ਕੱਲਾ ਲੱਗਾ ਥਾਣ ਵਛੀ ਨੂੰ। ਹਾਂ ਦੇ ਸਕਦੇ ਜੀ, ਚਲੋ ਲੈ ਜਾਓ ਫਿਰ, ਬਾਕੀ ਚਿਹਰਾ ਵੀ ਇਹਦਾ ਕਰੀ ਦੇਖ ਸਕਦੇ। 2 ਸੂਏ ਪੀਣ ਵਾਲੀ ਆ ਰਹੀ ਭਾਜੀ ਵਛੀ, ਫੈਨ ਵਾਲੀ ਆ, ਪਿਓਰ 4 ਦੰਦ ਆ ਤੇ ਮਗਰ ਵੀ ਇਹਦੇ ਵਛੀ ਆ, ਤੇ ਫਿਕਸ ਜੇ ਹਵਾ ਨਦੀ ਆ, ਤੇ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ 13 ਲੀਟਰ ਤਿਆਰ ਹੈ। ਤੇ ਇਹਦਾ ਮੁੱਲ ਮੁੱਲ ਭਾਵੇਂ ਭਾਜੀ 50 ਕਰ ਲਈਏ 50 ਕਰ ਲਈਏ, ਪਰ ਉਹ ਕੰਮ ਨਹੀਂ ਕਰਨਾ। ਅੱਛਾ, ਥੋੜਾ ਜਿਹਾ ਕਰਨਾ ਤੁਸੀਂ ਦੱਸ ਦਿਓ ਜੋ ਕਰ ਲਈਏ। ਕਿੰਨਾ ਕਰਦੀ ਹੈ ਮੁੱਲ? ਮੈਂ ਕਹਿੰਦਾ 47,000 ਕਰ ਲਈਏ। ਨਹੀਂ ਜਾਇਜ਼ਾ ਕਰੀਏ ਕੋ, ਦੱਸ ਦਿਓ ਫਿਰ ਤੁਸੀਂ ਕੀ ਕਹਿੰਦੇ, ਕਿ ਸੀਮਿੰਟ ਬੱਜਰੀ ਦਾ ਇੱਧਰੋਂ ਕੱਢ ਦੇਣਾ ਸਾਰਾ ਇੱਧਰ। ਭਾਜੀ ਇਹਦੇ ਚੋਂ ਨਹੀਂ ਗੱਲੀ ਚੋਂ ਕੱਢਣਾ। ਅੱਛਾ, ਚਲੋ 4 ਡੰਗਰ 1000 ਦੇਣਗੇ, 4000 ਦੇਣੀ ਪੈਣੀ ਥੋੜਾ। ਅੱਛਾ, ਹਾਂਜੀ ਠੀਕ ਹੈ, ਹਾਂਜੀ ਕਿੰਨਾ ਕਿੰਨੇ ਦੀ ਦਈਏ ਜੀ? ਮੁੱਲ ਆ ਵੀ ਭਾਜੀ 42,000 ਆ, ਜੋ ਮਨ ਤਾਨ ਕਰਾਉਣਾ ਕਰਾ ਲਓ। 40 ਦੀ ਦੇ ਦਈਏ, ਪੂਰੇ 38,000 ਦੀ ਦੇ ਦਾਂਗੇ। ਅੱਛਾ 38,000 ਦੀ, ਕਿਹੜੀ ਗੱਲ ਆ, ਠੀਕ ਹੈ। ਅਸੀਂ ਪਾ ਕੇ ਭੜਾ ਪਾ ਕੇ ਚੋਣੀ ਵਛੀ ਨਹੀਂ ਜੇ ਥੱਲੇ ਛੱਡਣੀ, ਕੋਈ ਨਾ ਮੁੜ ਕੇ ਨਾ ਵੀਰ ਭਰਾ ਅੱਗੇ ਵੀ ਦੱਸਿਆ ਨਹੀਂ। ਠੀਕ ਹੈ ਜੀ, ਹਾਂਜੀ ਠੀਕ ਹੈ। ਤੇ ਹੁਣ ਆ ਗਈ ਆਪਣੇ ਕੋਲ 2 ਨੰਬਰ ਤੇ, ਇਹ ਜਰਸੀ ਭਾਜੀ, ਠੀਕ ਹੈ ਹਾਂਜੀ।
ਕਿੰਨਾ ਇਹਦੇ ਕੋਲ ਦੁੱਧ? ਇਹਦੇ ਘਰ ਵੀ ਭਾਜੀ ਹੋਊਗਾ 11 ਕਿਲੋ, ਗਰੰਟੀ ਦੱਸ ਦੀ ਦਊਂਗਾ। ਪੱਕਾ ਦੁੱਧ ਹੈਗਾ 10 ਲੀਟਰ ਜਿਹੜਾ ਮਿਲ ਦੇਣਾ ਲੀਟਰ ਨਾਲ ਤੋਰੋ ਫਿਰ ਇੱਕ। ਹਾਂਜੀ ਚਵਾਪ ਸਮਾਂ ਇੱਕ ਨੰਬਰ ਹੋਊਗੀ, ਧੂੜ ਛੱਟਾ ਹੋਵੇ, ਕੋਈ ਦੰਦ ਟੁੱਟਾ ਹੋਵੇ, ਥਣ ਘੱਟ ਹੋਵੇ, ਇਸ ਤਰ੍ਹਾਂ ਦੀ ਮੇਰੀ ਗਰੰਟੀ ਹੈ। ਥੋੜਾ ਮਾ ਨਾ ਗਾਂ ਰੱਖ ਲਈ, ਇੱਥੋਂ ਤੁਹਾਨੂੰ ਖਾਓ ਅਰਪੀ ਭਾਜੀ। ਠੀਕ ਹੈ ਜੀ, ਲੈ ਜਾਓ। ਬਾਕੀ ਕੋਈ ਵੀ ਪਸ਼ੂ ਲੈਣਾ ਹੁੰਦਾ, ਕਿਤਿਆਂ ਵੀ ਲੈਣਾ ਹੁੰਦਾ ਵਾ, ਆਪਣੀ ਸਮਝਣਾ ਵੇਚ ਚਾਖ ਕੇ ਲਿਆ ਕਰੋ। ਜੇ ਤੁਹਾਡੀ ਨਿਗਾਹ ਚੜ੍ਹਦਾ, ਪਸੰਦ ਆਉਂਦਾ, ਫਿਰ ਹੀ ਪਸ਼ੂ ਲਿਆ ਕਰੋ। ਬਾਕੀ ਥੋੜ੍ਹੀ ਬਜਰੀ ਬੁਜਰੀ ਜੀ ਥੱਲੇ ਖਿਲ ਰਹੀ ਹੈ। ਅਜੇ ਲੈ ਆਵੀ ਜੀ ਫਿਰ। ਬਾਕੀ ਕੋਈ ਵੀ ਪਸ਼ੂ ਆ, ਦੁੱਧ ਪੂਰਾ ਹੋਵੇ ਤੇ ਲੈ ਜਾ ਕਰੋ, ਨਹੀਂ ਤੇ ਆਪਣੀ ਸਾਈ ਵਾਪਸ ਲੈ ਲਿਆ ਕਰੋ। ਬਾਕੀ ਹੈ ਸਾਰੀਆਂ ਗਰਮੀਆਂ ਵਾਲੀਆਂ ਗਾਵਾਂ ਵਾ, ਜਰਸੀ ਕ੍ਰੋਸ ਦੀਆਂ ਹੀ। ਠੀਕ ਆ ਹਾਂਜੀ, ਤੇ ਤਾਈਓ ਪੱਖੇ ਪੁੱਖੇ ਵੀ ਨਹੀਂ ਲਾਏ ਉੱਤੇ ਅਜੇ? ਭਾਜੀ ਪੱਖੇ ਨਾ ਕੀਤਾ, ਵੀਰ ਨੂੰ ਫੋਨ ਤੇ ਆਇਆ ਨਹੀਂ ਆ। ਅੱਛਾ ਹਾਂਜੀ, ਪੱਖੇ ਲਾਉਣੇ ਲਾਉਣੇ, ਜਿੱਦਣ ਅਗਲੀ ਵੀਡੀਓ ਪਾਵਾਂਗੇ ਨਾ। ਅੱਛਾ ਦੇਖਿਓ ਭਾਜੀ, ਹੋਰ ਨਾ ਸ਼ਿਕਾ ਬਦਲ ਦੇਣਾ ਆਪਾਂ, ਇਹ ਕਿਹੜੀ ਗੱਲ ਕੀਤੀ ਆ। ਠੀਕ ਹੈ ਕਿ ਗਰਮੀ ਵਾਲਾ ਮਾਲ ਆ ਤੇ ਤੁਸੀਂ, ਕਿਉਂਕਿ ਪੱਖਿਆਂ ਦੀ ਲੋੜ ਹੀ ਨਹੀਂ ਪੈਣੀ। ਕੰਮ ਕੁਮ ਚੱਲਣ ਡਿਆ ਵਾ, ਆਇਆ ਨਹੀਂ ਵੀਰ। ਠੀਕ ਹੈ ਹਾਂਜੀ, ਤੇ ਮੁੱਲੇ ਦਾ ਫਿਰ? ਮੁੱਲ ਭਾਜੀ ਜਾ ਰਿਹਾ ਕਿੰਨਾ? 40,000 ਰੁਪਏ ਜੋ ਮਾਨ ਕਰਾਉਣਾ ਕਰਾਓ ਖੁੱਲਾਈ। 37,000 ਦੀ ਦੇ ਦਈਏ, 37 ਦੀ, 30,000 ਦੀ ਵਸ਼ੀ ਦੇ। ਹੋਰ ਕਰ ਦੋ ਕੇ ਮਾਨ ਦਾਂਗੇ ਛੋਟ ਛਾ ਪਰ ਵੀ ਭਾਈ। ਚਲੋ ਕੋ ਫੋਨ ਲਾਵੇ, ਚਲੋ ਜੀ ਬਾਪੂ ਦੀ ਆਵਾਜ਼ ਦਾ 34 ਦੀ ਦੇ ਦਾਂਗੇ। ਠੀਕ ਆ ਹਾਂਜੀ, ਚਲੋ ਖੁੱਲਾ ਕਰ ਦੋ ਕੇ ਵਿੱਚ। ਮੈਂ ਤਾਂ ਕਰਾਂਗਾ ਵੀ ਭਾਈ, ਤੈਨੂੰ ਬਰਾ ਆਪਾਂ ਕਿਹੋ ਮੋੜ ਦੇਣੇ ਵੀਰ। ਫੋਨ ਲਾਵੇ ਇੱਕ ਵਾਰੀ, ਕਿਉਂਕਿ ਤੁਸੀਂ ਵੀ ਦੇ ਦੇਣੀ ਆ। ਆਪਣਾ ਵੀ ਕੰਮ ਚੱਲਣ ਡਿਆ ਵਾ, ਤੂੜੀ ਤਾੜੀ ਬਣਾਈ ਆ। ਅੱਛਾ, ਇਹਨਾਂ ਦੇ ਕਰਮ ਵਾਲੀ ਤੇ ਲੱਗੀ ਹੁਣ ਤੋਹ। ਠੀਕ ਆ ਹਾਂਜੀ, ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਥਾਣਾ, ਇਹਦੇ ਵੀ ਦੇਖ ਸਕਦੇ ਲੱਗੇ ਤਾਂ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹਦਾ ਭਾਜੀ ਉਹ ਬੱਚਾ ਜੀ ਆ, ਇਹਦਾ ਵਾ ਆ ਜਿਹੜਾ ਨਾ। ਅੱਛਾ, ਆ ਗਵਾਂਦਾ ਜੇ ਬੱਚਾ। ਠੀਕ ਹੈ, ਆ ਵੇਖੋ ਮੁੜ ਕੇ ਨਾ, ਮੈਂ ਕੋ ਵੀਰ ਭਰਾ ਕਹ ਰੇ ਇਹਦਾ ਹਾ ਬੱਚਾ ਜੀ। ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ? ਇਹਨੂੰ ਵੀਰ ਜੀ ਹੋ ਜੇ ਲੱਗੇ ਲੱਗ ਗਏ ਬਣੇ, ਕੋਈ ਵੀ ਤੁਹਾਨੂੰ ਮਹੀਨਾ ਮਿੱਥੇ ਜਿਹੜੀ ਗੱਲ ਆ। ਤੇ ਇਹਦੇ ਕੋ ਦੁੱਧ ਕਿੰਨਾ ਜੀ? ਇਹਦੇ ਭਾਜੀ ਭਾਈ ਦੁੱਧ 11 ਕੋ ਗਰੰਟੀ ਦੱਸ ਦੇ। ਪੱਕਾ ਦੁੱਧ ਹੈਗਾ ਜੀ? ਪੱਕਾ ਭਾਜੀ, ਜਿਹੜਾ 10 ਕਿਲੋ ਚੋਦਣਾ ਤੇ ਤੋਰੋ। ਹਾਂ ਫਿਰ ਇੱਕ ਕਰੀ ਹਾਂਜੀ, ਬਾਕੀ ਅੱਜ ਸਾਰੀਆਂ ਸੂਈਆਂ ਸਵਾਈਆਂ, ਅੱਜ ਗੱਬਨ ਕੋਈ ਵੀ ਨਹੀਂ ਹੈ। ਠੰਡੀ ਠੁੰਡੀ ਬੜੀ ਅਰਬੀ ਭਾਜੀ, ਗਾਂ ਚਵਾਪ ਸਮਾਂ ਇੱਕ ਨੰਬਰ, ਕੋਈ ਭੂਰ ਛੱਟਾ ਨਹੀਂ। ਠੀਕ ਹੈ ਹਾਂਜੀ, ਇਹਦਾ ਮੁੱਲ ਫਿਰ? ਮੁੱਲ ਇਹਦਾ ਭਾਜੀ 37,000 ਰੁਪਇਆ। ਅੱਛਾ, ਕਿੰਨਾ ਮਾਨ ਦਾਨ ਕਰਾਉਣਾ ਕਰਾਓ? 35 ਤੋਂ ਅੰਦਰ ਲਿਆਈਏ ਇਹਨਾਂ? ਹਾਂਜੀ 35 ਤੋਂ ਅੰਦਰ ਦੇ ਦੇਾਂਗੇ ਜੀ। ਅੱਛਾ, ਕਹਿੰਦੀ ਲੋੜ ਨਹੀਂ, ਬਾਪੂ ਦਾ ਨਹੀਂ ਕਹਿਣਾ ਮੋੜਨਾ ਆਪਾਂ। ਅੱਛਾ ਹਾਂਜੀ, ਅੱਜ ਨਹੀਂ ਕਹਿਣ ਦੀ ਲੋੜ ਪੈਣੀ, ਕਹਿਣ ਦੀ ਲੋੜ ਹੀ ਨਹੀਂ ਅੱਜ ਤੇ। ਠੀਕ ਆ ਹਾਂਜੀ, ਠੀਕ ਆ, ਲੋੜ ਆਪਾਂ ਨੂੰ ਚਾਹੀਦੀ ਆ। ਅੱਛਾ ਹਾਂਜੀ, ਕਹਿੰਦੇ ਕਿ ਰੁਪਈਏ ਸਿੱਧੇ ਕਰਨੇ ਆ ਹੁਣ, ਇੱਕ ਵਾਰੀ ਖਰਚਾ ਲੱਗਣ ਦਿਆ ਵਾ। ਤੇ ਹੁਣ ਆ ਜਿਹੜੀ ਐਂਡ ਤੇ ਆ ਗਈ ਜੇ, ਇਹ ਹਰਦੀਪ ਭਾਈ ਮੱਛੀ ਸੂਣਾ ਜਾਂ 9 ਦਿਨ ਆਪਣੇ ਕੋਲ ਵੀਡੀਓ ਵੀ ਪਈ, ਮੱਛੀ ਗਈ ਮਾਰੇ ਦੀ ਪਰਸੋਂ। ਅੱਛਾ, ਅਸੀਂ ਨੂੰ 9 ਦਿਨ ਮੱਛੀ ਦੀ ਵੀਡੀਓ ਲੱਗੀ ਮਾਰੇ ਦੀ, ਸਭ ਕੋਲ ਫੋਨ ਚ ਵਿਖਾ ਦਿੰਦੇ ਬਾਅਦ ਚ। ਠੀਕ ਆ ਹਾਂਜੀ,
ਸ਼ੀਲ ਠੰਡੀ ਵੇਖੋ ਇਧਰ, ਠੀਕ ਹੈ, ਫ੍ਰਿਜ ਬਿਨਾ ਬੱਤੀਆਂ ਬਟਾਰੀ ਮਿਲਣੀ ਆ, ਠੀਕ ਆ, ਹਾਂਜੀ, ਤੇ ਦੁੱਧ ਕਿੰਨਾ ਹੈ ਦੇਖੋ ਫਿਰ ਭਾਜੀ, ਭਾਜੀ ਦੁੱਧ 7 ਕਿਲੋ ਗਰੰਟੀ 6 ਕਿਲੋ ਦੀ, ਤੋਰੋ ਫਿਰ ਇਹਨਾਂ, ਹਾਂਜੀ ਛੋਟੇ ਛੋਟੇ ਸਿੰਘ ਹੈਗੇ ਆ, ਠੰਡੀ ਧੀਰੀ ਆ ਜਿਹੜੀ, ਇਹ ਆ ਕਿ ਚਲੋ ਲੈ ਆਓ ਅੰਦਰ ਲੈ ਆਓ, ਫਿਰ ਇਹ ਆ ਕਿ ਚਲੋ ਚਾਹ ਪਾਣੀ ਦਾ ਘਰ ਦਾ ਸਾਰੀ ਜਾਊਗੀ, ਇਹੋ ਜਿਹੀਆਂ ਗਾਵਾਂ ਦਾ ਚਲੋ ਦੁੱਧ ਵੀ ਸੰਘਣਾ ਹੁੰਦਾ ਵਾ, ਛੋਟਾ ਜਿਹਾ ਕੱਦ ਆ, ਨਾ ਇਹਦਾ ਬਹੁਤਾ ਖਰਚਾ ਹੀ ਹੋਣਾ ਤੇ ਨਾ ਇਹਨਾਂ ਕੋਈ ਗਰਮੀ ਦੀ ਪਰਵਾਹ ਤੇ ਨਾ ਕੁਝ। ਕਿੰਨਾ ਇਹਦੇ ਕੋਲ ਪੱਕਾ ਦੁੱਧ? ਦੁੱਧ ਵੀ ਭਾਈ 6 ਕਿਲੋ, ਆਹ ਵੇਖੋ ਵੀਰ ਜੀ ਵੀਡੀਓ ਵਿਖਾ ਦਿੰਦੇ ਆਪਾਂ, ਮੱਛੀ ਮਰੀ ਜਿੱਦਣ, ਅੱਜ ਨਵਾਂ ਦਿਨ ਜੇ ਸੂਈ ਨੂੰ, ਇਹ ਨਾ ਕੋਈ ਵੀਰ ਭਰਾ ਕਵੇ ਵੀ ਜਾਂ ਤੋਕੜ ਜਾਂ ਕਿਤੇ ਟੀਕੇ ਲੱਗੇ ਜਾਂ ਕਿੱਦਾਂ ਵੀ ਆ, ਅੱਛਾ, ਹਾਂਜੀ, ਆਹ ਵੇਖੀ ਜਾਇਓ ਸਾਰਾ ਸਬੂਤ ਆਉਣ ਡਿਆ, ਆਹ ਵੇਖ ਲਓ ਮੱਛੀ, ਠੀਕ ਆ, ਤੇ ਮੁੱਲ ਫਿਰ ਇਹਦਾ ਦੱਸੀਏ ਆਪਾਂ, ਮੁੱਲ ਭਾਜੀ ਵੇਖੋ ਹੁਣ ਆਪਾਂ ਤੇ ਕਸਰ ਲੱਗਣੀ ਆ, ਹਾਂਜੀ, ਮੁੱਲ 22000 ਰੁਪਏ ਜਿੰਨਾ ਮਾਨ ਕਰਾਉਣਾ ਕਰਾ ਲਓ, ਕਿੰਨਾ ਮਾਨ ਕਰਾ ਲਈਏ ਚ, ਜੋ ਵੀ ਹੈਗਾ ਵਾ ਇਥੋਂ ਪਸੰਦ ਤਸੱਲੀ ਕਰਕੇ ਖੜੇ, ਮੁੜ ਕੇ ਨਹੀਂ ਲਾਮਾ ਲੈਣਾ, ਸੁੱਖ ਸੰਦ ਦਾ ਫੋਨ ਆਵੇ ਲਾਮੇ ਦਾ ਨਾ ਕੋਈ ਆਵੇ, ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਚ ਚਾ ਕੇ ਫੇਰ ਹੀ ਪਸ਼ੂ ਖਰੀਦੇ ਜੀ, ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।